ਅੱਜ ਦਾ ਜਿਹੜਾ ਸਾਡਾ ਵੈਲਕਮ ਟੂ ਕੈਨੇਡਾ ਸੈਗਮੈਂਟ ਹੈ ਇਹਨੂੰ ਅੱਜ ਸ਼ਾਇਦ ਨਾਟ ਵੈਲਕਮ ਟੂ ਕੈਨੇਡਾ ਦੇ ਨਾਲ ਵੀ ਅਸੀਂ ਕਹਿ ਸਕਦੇ ਹਾਂ ਵੀ ਨਾਟ ਵੈਲਕਮ ਟੂ ਕੈਨੇਡਾ ਸੋ ਬਿਲ C21 ਸੀਗਾ ਜਿਹੜਾ ਉਹਦੇ ਇਨ ਲਾਈਨ ਹੀ ਇਹ ਰੈਗੂਲੇਟਰੀ ਚੇਂਜ ਹੈ ਜਿਹੜਾ ਕੀਤਾ ਗਿਆ ਸੋ ਜਿਹੜਾ ਰੈਗੂਲੇਟਰੀ ਚੇਂਜ ਹੈ ਕੀਤਾ ਗਿਆ ਹੈ ਕਿ ਸੋ ਉਹਨੂੰ ਬਾਰਡਰ ਤੋਂ ਕੈਨੇਡਾ 'ਚ ਐਂਟਰ ਹੀ ਨਹੀਂ ਹੋਣ ਦੇਣਾ ਹੁਣ ਦਿੱਤਾ ਜਾਊਗਾ ਹੁਣ ਜਿਹੜਾ ਕਰੰਟਰ ਬਾਰਡਰ ਹਾਂਜੀ ਕੋਈ ਵੀ ਬਾਅਦ ਚਾਹੇ ਉਹ ਲੈਂਡ ਵਰਕਰ ਹੋਵੇ ਚਾਹੇ ਲੈਂਡ ਐਜਸੀ ਹੈ ਤੇ ਬਹੁਤ ਸਾਰੇ ਟੈਂਪੋਰਰੀ ਰੈਜ਼ੀਡੈਂਟਸ ਨੇ ਉਹਨਾਂ ਦੇ ਚਾਹੇ ਵਰਕ ਪਰਮਿਟ ਨੇ ਚਾਹੇ ਸਟੱਡੀ ਪਰਮਿਟ ਨੇ ਚਾਹੇ ਵਿਜ਼ਟਰ ਐਕਸਟੈਂਸ਼ਨ ਨੇ ਉਹ ਐਕਸਪਾਇਰ ਹੁਣ ਜਾ ਰਹੀਆਂ ਹੈ ਗਿਆ ਨੇ ਤੇ ਉਹ ਤੋਂ ਬਾਅਦ ਉਹਨਾਂ ਉਹਨਾਂ ਦਾ ਕੀ ਬਣੂਗਾ ਉਹ ਵਰਕਰ ਹੈ ਤੇ ਉਹਦਾ ਵਰਕ ਪਰਮਿਟ ਖਤਮ ਹੋ ਗਿਆ ਉਹ ਤੋਂ ਬਾਅਦ ਇੱਥੇ ਕੈਨੇਡਾ ਦੇ ਅੰਦਰ ਰਹਿ ਜਾ ਰਿਹਾ ਹੈਗਾ ਹੁਣ ਇਹਾ ਜੋ ਕੋਈ ਸਿੱਧੇ ਤੌਰ ਤੇ ਅਧਿਕਾਰ ਨਹੀਂ ਸੀ ਕਿ ਉਹਨੂੰ ਚੱਕ ਕੇ ਤੁਸੀਂ ਬਾਹਰ ਭੇਜ ਦਿਓ ਜੀ ਦੋਸਤੋ ਪ੍ਰੋਗਰਾਮ ਹਰਜਿੰਦਰ ਗਿੱਲ ਸ਼ੋ 1350 AM ਸਾਡਾ ਤੁਹਾਡਾ ਸਾਥ ਮੰਡੇ ਟੂ ਫਰਡੇ ਦੁਪਹਿਰ 2 ਵਜੇ ਤੋਂ ਲੈ ਕੇ 5 ਵਜੇ ਤੱਕ ਸਾਡਾ ਵਿਸ਼ੇਸ਼ ਸੈਗਮੈਂਟ ਵੈਲਕਮ ਟੂ ਕੈਨੇਡਾ ਗੁਰਪ੍ਰੀਤ ਖੈਰਾ ਹੋਰਾਂ ਦੇ ਨਾਲ ਸੀਡਬਲਿਊਸੀ ਇਮੀਗ੍ਰੇਸ਼ਨ ਨੂੰ ਕਾਲ ਕਰਨੀ ਹੋਵੇ ਤਾਂ 905 670 444 CWC ਇਮੀਗ੍ਰੇਸ਼ਨ ਦਾ ਇਹ ਫੋਨ ਨੰਬਰ ਹੁੰਦਾ ਹੈ ਅਪਾਇੰਟਮੈਂਟ ਬਣਾ ਕੇ ਇਮੀਗ੍ਰੇਸ਼ਨ ਬਾਬਤ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੈ ਕੋਈ ਕਨਫਿਊਜ਼ਨ ਹੈ ਕੋਈ ਕੁੰਡੀ ਹੈ ਕੋਈ ਮਸਲਾ ਹੈ ਜਾਂ ਕਈ ਵਾਰੀ ਕੁਝ ਟੈਕਨੀਕਲਿਟੀਆਂ ਨੇ ਜਿਹੜੀਆਂ ਤੁਸੀਂ ਕਈ ਵਾਰੀ ਵੈਸੇ ਹੀ ਆਪਸ ਵਿੱਚ ਬਸੌਣ ਲੱਗ ਪਈਦਾ ਕਿਸੇ ਨਾਲ ਤੇ ਜੇ ਐਕਚੁਅਲ ਦੇ ਵਿੱਚ ਕੋਈ ਉਹਦੀ ਆਥੈਂਟਿਕ ਜਾਣਕਾਰੀ ਚਾਹੀਦੀ ਹੈ ਕਾਨੂੰਨੀ ਪੱਖ ਤੋਂ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਕਿਸੇ ਵੀ ਮਸਲੇ ਦੇ ਉੱਤੇ ਉਹਦੇ ਬਾਰੇ ਵਿੱਚ ਗੱਲ ਕਰਨ ਦੇ ਲਈ ਅਪਾਇੰਟਮੈਂਟ ਬਣਾਉਣ ਦੇ ਲਈ 905 670 444 ਅੱਜ ਦਾ ਜਿਹੜਾ ਸਾਡਾ ਵੈਲਕਮ ਟੂ ਕੈਨੇਡਾ ਸੈਗਮੈਂਟ ਹੈ ਇਹਨੂੰ ਅੱਜ ਸ਼ਾਇਦ ਨਾਟ ਵੈਲਕਮ ਟੂ ਕੈਨੇਡਾ ਦੇ ਨਾਲ ਵੀ ਅਸੀਂ ਕਹਿ ਸਕਦੇ ਹਾਂ ਵੀ ਨਾਟ ਵੈਲਕਮ ਟੂ ਕੈਨੇਡਾ ਕਿਨਾਂ ਦੇ ਲਈ ਕਿਉਂਕਿ CBSA ਨੇ ਉਹ ਕੁਝ ਖਾਸ ਅਧਿਕਾਰ ਮਿਲਣ ਜਾ ਰਹੇ ਨੇ ਜਿਹਦੇ ਵਿੱਚ ਕੁਝ ਲੋਕਾਂ ਨੂੰ ਹੁਣ ਕੈਨੇਡਾ ਦੇ ਵਿੱਚ ਵੜਨ ਨਹੀਂ ਦਿੱਤਾ ਜਾਏਗਾ ਉਹ ਕੌਣ ਲੋਕ ਹੋਣਗੇ ਕਿਨਾਂ ਨੂੰ ਵੈਲਕਮ ਨਹੀਂ ਹੈ ਕੈਨੇਡਾ ਦੇ ਵਿੱਚ ਅੱਜ ਤੋਂ 4 ਜੁਲਾਈ ਹੁਣ ਜਦੋਂ ਸਾਡੀ ਇਹ ਗੱਲਬਾਤ ਤੁਸੀਂ ਸੁਣ ਰਹੇ ਹੋ ਜਾਂ ਰਿਕਾਰਡ ਹੋ ਰਹੀ ਹੈ 4 ਜੁਲਾਈ 2024 ਤੋਂ ਕੌਣ ਵੈਲਕਮ ਨਹੀਂ ਹੈ ਕਿ ਨੂੰ ਅਸੀਂ ਕਹਿ ਰਹੇ ਹਾਂ ਕਿ ਨਾਟ ਵੈਲਕਮ ਟੂ ਕੈਨੇਡਾ ਗੁਰਪ੍ਰੀਤ ਖਹਿਰਾ ਹਰੋਂ ਤੋਂ ਪੁੱਛਦੇ ਆ ਗੁਰਪ੍ਰੀਤ ਜੀ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਸ਼ੁਕਰੀਆ ਹਰਜਿੰਦਰ ਤੇ ਸਾਰੇ ਸੋਤਿਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜਿਵੇਂ ਮੈਂ ਕਿਹਾ ਕਿ ਸੈਗਮੈਂਟ ਤਾਂ ਆਪਣਾ ਵੈਲਕਮ ਟੂ ਕੈਨੇਡਾ ਪਰ ਟੌਪਿਕ ਅੱਜ ਸ਼ਾਇਦ ਹੈ ਵੀ ਨਾਟ ਵੈਲਕਮ ਹਾਂ ਜੀ ਸੋ ਜਿਹੜੇ ਵੀ ਕ੍ਰਾਈਮਨਲਸ ਨੇ ਉਹਨਾਂ ਨੂੰ ਨਾਟ ਵੈਲਕਮ ਹੈਗਾ ਸੋ ਬਿਲ C21 ਸੀਗਾ ਜਿਹੜਾ ਉਹਦੇ ਇਨ ਲਾਈਨ ਹੀ ਇਹ ਰੈਗੂਲੇਟਰੀ ਚੇਂਜ ਹੈ ਜਿਹੜਾ ਕੀਤਾ ਗਿਆ ਸੋ ਜਿਹੜਾ ਰੈਗੂਲੇਟਰੀ ਚੇਂਜ ਹੈ ਕੀਤਾ ਗਿਆ ਹੈ ਕਿ ਜੇ ਤੁਸੀਂ ਕੈਨੇਡਾ ਦੇ ਅੰਦਰ ਕੋਈ ਕਨਸੀਲਡ ਵੈਪਨ ਜਾਂ ਅਨੌਥਰਾਇਜ਼ਡ ਵੈਪਨ ਤੇ ਜਾਂ ਫਿਰ ਡਰੱਗਸ ਲੈ ਕੇ ਆਉਣ ਦੀ ਕੋਸ਼ਿਸ਼ ਕਰਤੇ ਆ ਤਾਂ ਤੁਸੀਂ ਫੜੇ ਜਾਂਦੇ ਆ ਤੇ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਦਾ ਜਿਹੜਾ ਅਫਸਰ ਹੈ ਉਹਨੂੰ ਇਹ ਅਧਿਕਾਰ ਦੇ ਦਿੱਤਾ ਗਿਆ ਹੈ ਕਿ ਉਹ ਰਿਮੂਵਲ ਆਰਡਰ ਹੈ ਜਿਹੜਾ ਉਹ ਇਸ਼ੂ ਕਰ ਦੇ ਕਰੂਗਾ ਉਹਦੇ ਖਿਲਾਫ ਰਿਮੂਵਲ ਆਰਡਰ ਇਸ਼ੂ ਕਰਨ ਦਾ ਖਿਲਾਫ ਹੈਗੇ ਉਹਨੂੰ ਉੱਥੋਂ ਹੀ ਦੇਸ਼ੋਂ ਨਿਕਾਲ ਦਿੱਤਾ ਜਾਊਗਾ ਸੋ ਉਹਨੂੰ ਬਾਰਡਰ ਤੋਂ ਕੈਨੇਡਾ 'ਚ ਐਂਟਰ ਹੀ ਨਹੀਂ ਹੋਣ ਦਿੱਤਾ ਜਾਊਗਾ ਹੁਣ ਜਿਹੜਾ ਕਰੰਟ ਕੋਈ ਵੀ ਬਾਰਡਰ ਹਾਂਜੀ ਕੋਈ ਵੀ ਬਾਰਡਰ ਚਾਹੇ ਉਹ ਲੈਂਡ ਬਾਰਡਰ ਚਾਹੇ ਲੈਂਡ ਐਚ ਐਸ ਆ ਹੈ ਹੁਣ ਜਿਹੜਾ ਕਰੰਟ ਰਜਿਮ ਚੱਲ ਰਿਹਾ ਹੈਗਾ ਇਸ ਵੇੜੇ ਉਹ ਕਰੰਟ ਰਜਿਮ ਇਹ ਹੈ ਕਿ ਜੇ ਤੁਸੀਂ ਨਾਜਾਇਜ਼ ਹਥਿਆਰ ਲਿਆਉਂਦੇ ਜਾਂ ਲੁਕੋ ਕੇ ਹਥਿਆਰ ਲਿਆਉਂਦੇ ਤੇ ਜਾਂ ਤੁਸੀਂ ਡਰੱਗਸ ਲਿਆਉਂਦੇ ਫੜੇ ਜਾਂਦੇ ਹੋ ਤੇ ਤੁਹਾਡੇ ਖਿਲਾਫ ਜਿਹੜਾ ਮੁਕੱਦਮਾ ਹੈ ਉਹ ਇਮੀਗ੍ਰੇਸ਼ਨ ਰੈਫਿਜੀ ਬੋਰਡ ਦੇ ਵਿੱਚ ਚੱਲਦਾ ਤੇ ਫਿਰ ਇਮੀਗ੍ਰੇਸ਼ਨ ਰੈਫਿਜੀ ਬੋਰਡ ਦੇ ਵਿੱਚ ਐਡਮਿਸਿਬਿਲਟੀ ਹਿਅਰਿੰਗ ਹੁੰਦੀ ਹੈ ਐਡਮਿਸਿਬਿਲਟੀ ਹਿਅਰਿੰਗ ਹੋਣ ਤੋਂ ਬਾਅਦ ਜਿਹਨੂੰ ਦਾਖਲਾ ਤੁਹਾਨੂੰ ਦਿੱਤਾ ਜਾਵੇ ਜਾਂ ਨਾ ਦਿੱਤਾ ਜਾਵੇ ਇਹਦੀ ਹਿਅਰਿੰਗ ਹੁੰਦੀ ਹੈ ਹਾਂਜੀ ਉਹ ਤੋਂ ਬਾਅਦ ਜੇ ਜੱਜ ਸਹਿਬਾਨ ਫਾਈਂਡ ਆਊਟ ਕਰਦੇ ਆ ਕਿ ਤੁਸੀਂ ਕਾਨੂੰਨ ਦੀ ਉਲੰਘਣਾ ਕੀਤੀ ਹੈ ਤਾਂ ਤੁਹਾਡੇ ਖਿਲਾਫ ਰਿਮੂਵਲ ਆਰਡਰ ਈਸ਼ੂ ਕਰਦੇ ਆ ਜੇ ਤੁਸੀਂ ਨਹੀਂ ਉਲੰਘਣਾ ਕੀਤੀ ਤਾਂ ਤੁਹਾਡਾ ਫੇਵਰੇਬਲ ਡਿਸੀਜਨ ਤੁਹਾਡੇ ਹੱਕ 'ਚ ਦਿੰਦੇ ਆ ਠੀਕ ਹੈ ਅ ਇਹਦੇ ਨਾਲ ਉਹ ਇੰਡੀਵਿਜੂਅਲ ਨੂੰ ਤੁਹਾਨੂੰ ਕੈਨੇਡਾ 'ਚ ਐਂਟਰੀ ਦੇਣੀ ਜ਼ਰੂਰੀ ਹੋ ਜਾਂਦੀ ਹੈ ਠੀਕ ਹੈ ਉਹ ਐਂਟਰੀ ਹੋ ਜਾਂਦੀ ਹੈ ਤੇ ਕ੍ਰਿਮੀਨਲ ਕੈਨੇਡਾ ਦੇ ਅੰਦਰ ਐਂਟਰ ਐਂਟਰ ਹੋ ਜਾਂਦਾ ਜਦ ਤੱਕ ਉਹ ਮੁਕੱਦਮਾ ਚੱਲਦਾ ਉਹ ਕੈਨੇਡਾ ਦੇ ਅੰਦਰ ਹੀ ਰਹਿੰਦਾ ਜਦ ਤੱਕ ਉਹਨੂੰ ਰਿਮੂਵ ਨਾ ਕੀਤਾ ਜਾਂਦਾ ਸੋ ਬਹੁਤ ਸਾਰੇ ਲੋਕਾਂ ਦਾ ਇਹ ਹੈਗਾ ਕਿ ਕ੍ਰਿਮੀਨਲ ਜਿਹੜੇ ਨੇ ਉਹ ਕੈਨੇਡਾ 'ਚ ਐਂਟਰ ਹੋ ਜਾਂਦੇ ਨੇ ਫਿਰ ਇੱਥੇ ਘੁੰਮਦੇ ਰਹਿੰਦੇ ਆ ਜਦ ਤੱਕ ਉਹਨਾਂ ਦਾ ਕੇਸ ਨਹੀਂ ਚੱਲਦਾ ਹੋਰ ਕ੍ਰਾਈਮ ਕਰਦੇ ਆ ਸੋ ਉਹਦੇ ਲਈ ਹੀ ਇਹ ਅਮੈਂਡਮੈਂਟ ਜਿਹੜੀ ਕੀਤੀ ਗਈ ਹੈ ਕਿ ਜਿਹੜਾ ਮਿਨਿਸਟਰਸ ਡੈਲਗੇਟ ਹੈਗਾ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦਾ ਅਫਸਰ ਹੈਗਾ ਉਹਨੂੰ ਇਹ ਅਧਿਕਾਰ ਦਿੱਤੇ ਜਾਣ ਕਿ ਜੇ ਉਹ ਹਜੇ ਕਿਸੇ ਇੰਡੀਵਿਜੂਅਲ ਨੂੰ ਜ ਕਨਸੀਲ ਕਰਕੇ ਵੈਪਨ ਲੈ ਆ ਰਿਹਾ ਹੈ ਜਾਂ ਅਨ ਆਥਰਾਇਜ਼ਡ ਵੈਪਨ ਲੈ ਆ ਰਿਹਾ ਹੈ ਜਾਂ ਡਰੱਗ ਸਮਗਲਿੰਗ ਕਰ ਰਿਹਾ ਹੈ ਕੈਨੇਡਾ ਦੇ ਅੰਦਰ ਤਾਂ ਉਹਨੂੰ ਬਾਰਡਰ ਦੇ ਉੱਤੇ ਹੀ ਰਿਮੂਵਲ ਆਰਡਰ ਹੈ ਜਿਹੜਾ ਦਿੱਤਾ ਜਾਵੇ ਉਹ ਲੈਂਡਪੋਰਟ ਸੀਪੋਰਟ ਤੇ ਤੁਹਾਡਾ ਜਿਹੜਾ 에어ਪੋਰਟ ਵੀ ਹੋ ਸਕਦਾ ਹੈਗਾ ਸੋ ਬੇਸ਼ੱਕ ਉਹ ਕੈਨੇਡੀਅਨ ਸਿਟੀਜ਼ਨ ਜਾਂ ਪੀਆਰ ਕੈਨੇਡੀਅਨ ਸਿਟੀਜ਼ਨ ਨੂੰ ਤਾਂ ਰਿਮੂਵਲ ਆਰਡਰ ਨਹੀਂ ਦਿੱਤਾ ਜਾ ਸਕਦਾ ਹਾਂਜੀ ਸੋ ਪੀਆਰ ਨੂੰ ਹਾਂਜੀ ਆਫ ਕੌਰਸ ਦਿੱਤਾ ਜਾ ਸਕਦਾ ਜੀ ਸੋ ਜੇ ਕਾਹੋਦ ਕੋ ਰਾਈਟ ਆਫ ਅਪੀਲ ਹੁੰਦਾ ਪਰ ਜੇ ਟੈਂਪਰੀ ਰੈਜ਼ੀਡੈਂਟ ਹੈ ਫਿਰ ਉਹਨਾਂ ਕੋ ਰਾਈਟ ਆਫ ਅਪੀਲ ਵੀ ਨਹੀਂ ਹੁੰਦਾ ਹੈਗਾ ਜੀ ਸੋ ਜਿਹੜੇ ਫਰਸਟ ਟਾਈਮ ਆ ਰਹੇ ਨੇ ਉਹਨਾਂ ਲਈ ਤਾਂ ਬਹੁਤ ਸਖਤ ਹੈ ਬਿਲਕੁਲ ਜੀ ਟੈਂਪਰੀ ਰੈਜ਼ੀਡੈਂਟਸ ਲਈ ਤਾਂ ਬਹੁਤ ਜ਼ਿਆਦਾ ਸਖਤ ਹੈ ਸੋ ਜਿਹੜਾ ਜਿਹੜਾ ਪਰਮਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਨਹੀਂ ਉਹਦੇ ਲਈ ਤਾਂ ਬਹੁਤ ਜ਼ਿਆਦਾ ਸਖਤੀ ਵਾਲਾ ਕਾਨੂੰਨ ਹੈ ਲਿਆਂਦਾ ਜਾ ਰਿਹਾ ਹੈਗਾ ਇਹਦੇ ਇਨ ਲਾਈਨ ਜਿਹੜਾ ਕਾਨੂੰਨ ਹੈ ਉਹ ਆਪਾਂ ਪਾਈ ਪਿਛਲੇ ਪ੍ਰੋਗਰਾਮ ਚ ਡਿਸਕਸ ਕੀਤਾ ਸੀ ਕਿ ਜਿਹੜੀ ਰੈਗੂਲੇਟਰੀ ਐਮੈਂਡਮੈਂਟ ਕੀਤੀ ਜਾ ਰਹੀ ਹੈ ਉਹ ਹੈਗੀ ਹੈ ਕਿ ਜਿਹੜਾ ਟੈਂਪਰੀ ਰੈਜ਼ੀਡੈਂਟ ਹੈ ਕੋਈ ਵਰਕਰ ਹੈ ਸਟੂਡੈਂਟ ਹੈ ਵਿਜ਼ਿਟਰ ਹੈ ਜਿਉਂ ਨੇ ਆਪਣੀਆਂ ਟਰਮਸ ਨਹੀਂ ਪੂਰੀਆਂ ਕੀਤੀਆਂ ਕੰਡੀਸ਼ਨਸ ਬ੍ਰੀਚ ਕੀਤੀਆਂ ਨੇ ਤਾਂ ਉਹਦਾ ਵੀਜ਼ਾ ਵੀ ਕੈਨਸਲ ਕਰਨ ਦਾ ਅਧਿਕਾਰ ਹੈ ਉਹ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਜਾਂ ਮਾਈਗ੍ਰੇਸ਼ਨ ਆਫਿਸਰ ਨੂੰ ਦਿੱਤਾ ਜਾ ਰਿਹਾ ਹੈ ਹੁਣ ਅੱਜਕਲ ਇੱਕ ਬਹੁਤ ਜਿਹੜੀ ਲੋਕਾਂ ਦੇ ਵਿੱਚੋਂ ਇਹ ਗੱਲ ਚੱਲ ਰਹੀ ਹੈ ਕਿ ਇੱਥੇ ਟੈਂਪਰੀ ਰੈਜ਼ੀਡੈਂਟਸ ਦਾ ਨੰਬਰ ਬਹੁਤ ਜ਼ਿਆਦਾ ਹੈਗਾ ਹਾਂਜੀ ਤੇ ਬਹੁਤ ਸਾਰੇ ਟੈਂਪਰਰੀ ਰੈਜ਼ੀਡੈਂਟਸ ਨੇ ਉਹਨਾਂ ਦੇ ਚਾਹੇ ਵਰਕ ਪਰਮਿਟ ਨੇ ਚਾਹੇ ਸਟੱਡੀ ਪਰਮਿਟ ਨੇ ਚਾਹੇ ਵਿਜ਼ਟਰ ਐਕਸਟੈਂਸ਼ਨ ਨੇ ਉਹ ਐਕਸਪਾਇਰ ਹੁੰਨ ਜਾ ਰਹੀਆਂ ਹੈ ਗਿਆ ਨੇ ਤੇ ਉਹ ਤੋਂ ਬਾਅਦ ਉਹਨਾਂ ਉਹਨਾਂ ਦਾ ਕੀ ਬਣੂਗਾ ਸ਼ਾਇਦ ਜਿਹੜੀਆਂ ਅਮੈਂਡਮੈਂਟਸ ਆ ਰਹੀਆਂ ਨੇ ਇਹ ਉਹਦੇ ਹੀ ਇਨ ਲਾਈਨ ਆ ਰਹੀਆਂ ਨੇ ਹੁਣ ਹਰਜਿੰਦਰ ਕੋਈ ਵਰਕਰ ਆ ਉਹ ਵਰਕਰ ਆ ਤੇ ਉਹਦਾ ਵਰਕ ਪਰਮਿਟ ਖਤਮ ਹੋ ਗਿਆ ਉਹ ਤੋਂ ਬਾਅਦ ਇੱਥੇ ਕੈਨੇਡਾ ਦੇ ਅੰਦਰ ਰਹੀ ਜਾ ਰਿਹਾ ਹੈਗਾ ਹੁਣ ਇਹਾ ਜੋ ਕੋਈ ਸਿੱਧੇ ਤੌਰ ਤੇ ਅਧਿਕਾਰ ਨਹੀਂ ਸੀ ਕਿ ਉਹਨੂੰ ਚੱਕ ਕੇ ਤੁਸੀਂ ਬਾਹਰ ਭੇਜ ਦਿਓ ਓਕੇ ਤੇ ਕਿਉਂਕਿ ਉਹਦੇ ਖਿਲਾਫ ਪਹਿਲਾਂ ਤੁਹਾਨੂੰ ਪਰਚਾ ਦਰਜ ਕਰਨਾ ਪੈਣਾ ਜਿਹਨੂੰ ਸੈਕਸ਼ਨ 44 ਰਿਪੋਰਟ ਕਹਿੰਦੇ ਆ ਸੈਕਸ਼ਨ 44 ਰਿਪੋਰਟ ਹੋ ਕੇ ਤੇ ਫਿਰ ਉਹਦਾ ਮਾਮਲਾ ਜਿਹੜਾ ਐਡਮਿਸਿਬਿਲਟੀ ਹੀアリング ਲਈ ਜਾਂਦਾ ਜੱਜ ਮੂਰੇ ਜਾਂਦਾ ਫਿਰ ਜੱਜ ਫੈਸਲਾ ਕਰਦਾ ਕਿ ਰਿਮੂਵਲ ਆਰਡਰ ਦਿੱਤਾ ਜਾਵੇ ਜਾਂ ਰਿਮੂਵਲ ਆਰਡਰ ਨਾ ਦਿੱਤਾ ਜਾਵੇ ਸੋ ਇੱਕ ਲੌਂਗ ਪ੍ਰੋਸੀਜਰ ਜਿਹੜਾ ਬਣ ਕੇ ਰਹਿ ਜਾਂਦਾ ਤੇ ਦੂਜਾ ਜੇ ਤੁਹਾਡੇ ਖਿਲਾਫ ਰਿਮੂਵਲ ਆਰਡਰ ਨਹੀਂ ਹੈਗਾ ਤੁਸੀਂ ਰੈਫਿਜੀ ਕਲੇਮ ਕਰਨ ਨੂੰ ਐਲੀਜੀਬਲ ਹੋਨੇ ਹੋ ਜੀ ਹਾਂ ਹਾਂ ਸਰਕਾਰ ਦਾ ਇਹ ਵੀ ਡਰ ਹੈ ਕਿ ਜਿਹੜੇ ਲੋਕਾਂ ਦਾ ਪਰਮਿਟ ਐਕਸਪਾਇਰ ਹੁੰਦੇ ਨੇ ਉਹ ਰੈਫਿਜੀ ਕਲੇਮ ਕਰ ਲੈਣਗੇ ਜੀ ਜੇ ਰੈਫਿਜੀ ਕਲੇਮ ਕਰ ਲੈਣਗੇ ਫਿਰ ਉਹਨਾਂ ਨੂੰ ਜਿਹੜਾ ਸਿੰਘ ਵਰਸਸ ਮਿਨਿਸਟਰ ਕੇਸ ਹੈਗਾ ਸੁਪਰੀਮ ਕੋਰਟ ਦਾ ਉਹਦੇ ਚ ਹੈਗਾ ਕਿ ਜਿਹੜੇ ਕਿਸੇ ਨੇ ਵੀ ਬੰਦੇ ਨੇ ਕੈਨੇਡਾ ਦੀ ਧਰਤੀ ਤੇ ਆ ਕੇ ਰੈਫਿਜੀ ਕਲੇਮ ਕਰਿਆ ਉਹਨੂੰ ਫੇਅਰ ਹਿਅਰਿੰਗ ਮਿਲਣਾ ਜ਼ਰੂਰੀ ਹੈ ਹਾਂਜੀ ਸੋ ਜੇ ਫੇਅਰ ਹੇARING ਮਿਲਣਾ ਜ਼ਰੂਰੀ ਹੈ ਤਾਂ ਜਦ ਤੱਕ ਉਹਦੇ ਮੁਕਦਮੇ ਤੇ ਨਹੀਂ ਫੈਸਲਾ ਹੁੰਦਾ ਉਹਨੂੰ ਵਰਕ ਪਰਮਿਟ ਮਿਲੀ ਜਾਣਾ ਹੈ ਤਾਂ ਉਹ ਇੰਡੀਵਿਜੂਅਲ ਇੱਥੇ ਰਹੀ ਜਾਊਗਾ ਸੋ ਜੇ ਉਹਦੇ ਖਿਲਾਫ ਰਿਮੂਵਲ ਆਰਡਰ ਇਸ਼ੂ ਹੋਇਆ ਹੋਇਆ ਹੈ ਤੇ ਫਿਰ ਉਹ ਰਿਫਿਜੀ ਕਲੇਮ ਕਰਨ ਲਈ ਵੀ ਐਲੀਜੀਬਲ ਨਹੀਂ ਹੈਗਾ ਫਿਰ ਉਹਦੀ ਜਿਹੜਾ ਰਿਮੂਵਲ ਆ ਉਹ ਇਮਿਨੈਂਟ ਹੈ ਮਤਲਬ ਹੋਣਾ ਹੀ ਹੋਣਾ ਹੈ ਸਾਲ 2012 ਦੇ ਵਿੱਚੋਂ ਜਿਹੜਾ 29 ਦਸੰਬਰ ਸਾਲ 2012 ਉਹਦੋਂ ਰਿਫਿਜੀ ਰਿਫਾਰਮ ਐਕਟ ਹੈ ਜਿਹੜਾ ਉਹ ਕਾਨੂੰਨ ਬਣ ਗਿਆ ਸੀਗਾ ਠੀਕ ਹੈ ਉਹ ਕਾਨੂੰਨ ਬਣ ਗਿਆ ਉਹ ਕਾਨੂੰਨ ਬਣਨ ਤੋਂ ਬਾਅਦ ਉਦੋਂ ਇਹ ਕ੍ਰਾਈਟਰੀਆ ਲੈਂਦਾ ਗਿਆ ਕਿ ਜਿਹੜਾ ਕੋਈ ਇੰਡੀਵਿਜੂਅਲ ਜਿਹਦੇ ਖਿਲਾਫ ਰਿਮੂਵਲ ਆਰਡਰ ਹੈ ਉਹ ਰਿਫਿਜੀ ਕਲੇਮ ਲਈ ਐਲੀਜੀਬਲ ਨਹੀਂ ਹੈਗਾ ਉਤੋਂ ਪਹਿਲਾਂ ਜੇ ਰਿਮੂਵਲ ਆਰਡਰ ਵੀ ਹੁੰਦਾ ਸੀ ਤੁਸੀਂ ਰਿਫਿਜੀ ਕਲੇਮ ਕਰਤਾ ਤਾਂ ਵੀ ਤੁਹਾਡੀ ਸੁਣਵਾਈ ਹੁੰਦੀ ਸੀਗੀ ਓਕੇ ਹੁਣ ਸਰਕਾਰ ਦੇ ਹੱਥ 'ਚ ਟੂਲ ਹੈ ਕਿ ਜੋ ਰਿਮੂਵਲ ਆਰਡਰ ਇਸ਼ੂ ਕਰ ਦਿੰਦੇ ਨੇ ਤਾਂ ਬੰਦਾ ਰਿਫਿਜੀ ਕਲੇਮ ਵੀ ਜਿਹੜਾ ਹੈਗਾ ਉਹ ਨਹੀਂ ਫਾਈਲ ਕਰ ਸਕੂਗਾ ਸੋ ਦਾ ਭਾਵ ਇਹ ਹੋ ਗਿਆ ਕਿ ਸਰਕਾਰ ਆਪਣੇ ਤੇ ਜਿਹੜਾ ਉਹ ਬਰਡਨ ਪੈਂਦਾ ਸੀ ਅਨਨੈਸੈਸਰੀ ਉਹਨੂੰ 1 ਪੁਆਇੰਟ ਪਹਿਲਾਂ ਹੀ ਰੋਕਣ ਦੇ ਲਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਟੂਲ ਨੂੰ ਹੁਣ ਇਸਤੇਮਾਲ ਕਰੇਗੀ ਹਾਂਜੀ ਕਿਉਂਕਿ ਇਹ ਇੱਕ ਇੰਪੈਡਮੈਂਟ ਸੀ ਇੱਕ ਰੋਕ ਸੀਗੀ ਕਿ ਜੇ ਤੁਹਾਡੇ ਖਿਲਾਫ ਰਿਮੂਵਲ ਆਰਡਰ ਨਹੀਂ ਤੁਸੀਂ ਰਿਫਿਜੀ ਕਲੇਮ ਕਰ ਦਿੰਦੇ ਹੋ ਤਾਂ ਤੁਹਾਡੀ ਸੁਣਵਾਈ ਹੋਣੀ ਹੋਣੀ ਹੈ ਹਾਂਜੀ ਜੀ ਹੁਣ ਇਹ ਰੋਕ ਹੈ ਜਿਹੜੀ ਉਹਨੂੰ ਵੱਡੀ ਕਰਤਾ ਕਿ ਜੇ ਰਿਮੂਵਲ ਆਰਡਰ ਹੈ ਫਿਰ ਤੁਸੀਂ ਰਿਫਿਜੀ ਕਲੇਮ ਕਰ ਹੀ ਨਹੀਂ ਸਕਦੇ ਹੈਗੇ ਰਾਈਟ ਅੱਛਾ ਮੈਂ ਇੱਕ ਚੀਜ਼ ਹੋਰ ਜਿਹੜਾ ਹੁਣ ਅੱਜ ਦੀ ਜਿੱਥੋਂ ਆਪਾਂ ਗੱਲ ਨਵੇਂ ਇਸ ਰੈਗੂਲੇਟਰੀ ਐਮੈਂਡਮੈਂਟ ਦੀ ਜਿਹੜੀ ਗੱਲ ਕੀਤੀ ਹੈ ਇਹਨੂੰ ਤੇ ਇੱਕ ਤਾਂ ਇਹ ਹੋ ਗਿਆ ਕਿ ਉਹ ਜਿਹੜਾ ਪ੍ਰੋਸੈਸ ਹੈ ਜਿਹੜਾ ਜਿਹਦੇ ਵਿੱਚ ਪਹਿਲਾਂ ਅਨਨੈਸੈਸਰੀ ਬਰਡਨ ਕੈਨੇਡੀਅਨ ਗਵਰਨਮੈਂਟ ਦੇ ਉੱਪਰ ਪੈ ਜਾਂਦਾ ਸੀ ਕਿਸੇ ਨਾ ਕਿਸੇ ਸਿਸਟਮ ਤੇ ਵੀ ਪੈਂਦਾ ਸੀ ਕ੍ਰਿਮੀਨਲ ਜਸਟਿਸ ਸਿਸਟਮ ਤੇ ਵੀ ਪੈਂਦਾ ਸੀ ਉਹਨੂੰ ਐਫੀਸ਼ੀਐਂਟਲੀ ਹੁਣ ਥੋੜਾ ਇੰਪਰੂਵ ਕਰਨ ਦੇ ਲਈ ਇੱਕ ਤਾਂ ਪਹਿਲਾ ਤਰੀਕਾ ਤੇ ਇਹ ਹੋ ਗਿਆ ਇਹਦਾ ਸਿੱਧਾ ਮਤਲਬ ਹੈ ਕਿ ਕ੍ਰਿਮੀਨਲਸ ਦਾ ਬਾਰਡਰ ਦੇ ਉਰਲੇ ਪਾਸੇ ਕੋਈ ਸਥਾਨ ਨਹੀਂ ਹੈਗਾ ਇਹ ਸਰਕਾਰੇ ਮੈਸੇਜ ਦੇਣਾ ਚਾਹੁੰਦੀ ਹੈ ਹੁਣ ਇੱਕ ਚੀਜ਼ ਹੋਰ ਫਾਈਨ ਲਾਈ ਕ੍ਰਿਮੀਨਲ ਦੀ ਡੈਫੀਨੇਸ਼ਨ ਦੁਬਾਰਾ ਰਿਪੀਟ ਕਰੀਏ ਵੀ ਕ੍ਰਿਮੀਨਲ ਕਿਹਨੂੰ ਕ੍ਰਿਮੀਨਲ ਮੰਨਿਆ ਜਾਏਗਾ ਕਿ ਜਿਹਨੂੰ ਮਰਜ਼ੀ ਰਿਫਿਊਜ਼ ਕਰਨਾ ਹੋਏਗਾ ਤਾਂ ਕ੍ਰਿਮੀਨਲ ਵਾਲੀ ਕੈਟਾਗਰੀ ਚ ਪਾ ਕੇ ਤੋਰ ਦਿੱਤਾ ਜਾਏਗਾ ਆ ਜੇ ਹੁਣ ਸਪੈਸੀਫਿਕ ਹੈ ਨਾ ਜੇ ਬੰਦੇ ਕੋਲੇ ਡਰੱਗ ਫੜੀ ਗਈ ਹੈ ਹਾਂਜੀ ਤੇ ਜੇ ਬੰਦੇ ਕੋਲੇ ਹਥਿਆਰ ਫੜਿਆ ਗਿਆ ਹੈ ਹਾਂਜੀ ਤੇ ਜਾਂ ਉਹ ਕਨਸੀਲ ਕਰਕੇ ਲਿਆ ਰਿਹਾ ਸੀ ਇਹਦਾ ਮਤਲਬ ਉਹ ਕਰਾਇਮ ਕਰ ਰਿਹਾ ਸੀ ਨਾ ਹਰਜਿੰਦਰ ਉਹ ਠੀਕ ਹੋ ਗਿਆ ਸੋ ਇਹਦੇ ਜਦ ਨਹੀਂ ਹੁਣ हां दुसरे ਜਿਹੜੇ ਹਥਿਆਰ ਕੋਈ ਕ੍ਰਾਈਟੇਰੀਆ ਹੋਵੇ ਕੋਈ ਪੈਮਾਨਾ ਹੋਵੇ ਕਿ ਕਿੰਨੀ અમાਉਂਟ ਤੁਸੀਂ ਕੈਨੇਡਾ ਚ ਨਹੀਂ ਲਿਆ ਸਕਦੇ ਨਸ਼ੀ ਦੀ ਅਮਾਉਂਟ ਕਿੰਨੀ ਵੱਧ ਘੱਟ ਉਹਦਾ ਵੀ ਕੋਈ ਲੈਣਾ ਦੇਣਾ ਨਹੀਂ ਬਿਲਕੁਲ অলਰੈਡੀ ਉਹ ਡਿਫਾਈਨਡ ਸਕੈਜੂਲ ਸਬਸਟੈਂਸਸ ਨੇ ਉਹਦੇ ਵਿੱਚ ਜਿਹੜਾ ਸਬਸਟੈਂਸ ਲਿਖਿਆ ਉਹ ਤੁਸੀਂ ਕਰਾਸ ਦਾ ਬਾਰਡਰ ਨਹੀਂ ਲਿਆ ਸਕਦੇ ਉਮੇ ਜਿਵੇਂ ਹਥਿਆਰ ਹੈ ਤੁਸੀਂ ਬਿਨਾ ਪਰਮਿਸ਼ਨ ਤੋਂ ਨਹੀਂ ਲਿਆ ਸਕਦੇ ਹੈਗੇ ਸੋ ਜਿਹੜਾ ਲੁਕੋਗੇ ਰਿਆ ਰਿਹਾ ਤਾਂ ਮਤਲਬ ਉਹ ਕੋ ਪਰਮਿਸ਼ਨ ਨਹੀਂ ਹੈਗੀ ਹੈ ਜਿਹਦੇ ਕੋ ਪਰਮਿਸ਼ਨ ਹੈ ਉਹ ਪਰਮਿਟ ਦਿਖਾ ਦੂਗਾ ਨਾ ਤੁਹਾਨੂੰ ਪਰਮਿਟ ਲੈ ਜਾ ਹੈਗਾ ਤੁਸੀਂ ਲਿਜਾ ਸਕਦੇ ਹੋ ਤੇ ਪਰਮਿਟ ਲੈਣਾ ਹੈ ਤੁਸੀਂ ਹਥਿਆਰ ਇੰਪੋਰਟ ਕਰ ਤੋ ਤੁਹਾਨੂੰ ਪਰਮਿਟ ਲੈਣਾ ਪਊਗਾ ਅ ਉਹ ਤੁਸੀਂ ਲਿਆ ਸਕਦੇ ਹੋ ਮੈਂ ਆਪਣੇ ਬਾਰੇ ਦੱਸਣਾ ਚਾਹਣਾ ਜੀ ਮੈਂ ਬਹੁਤ ਐਵਰਡ ਸ਼ੂਟਰ ਹੈਗਾ ਤੇ ਮੈਂ ਗਨ ਓਨਰ ਹੈਗਾ ਤੇ ਜਿਹੜੀਆਂ ਵੀ ਪਾਲਿਸੀਜ਼ ਸਰਕਾਰ ਹੁਣ ਦੇ ਮੈਂ ਹੈਂਡ ਗਨਸ ਬੈਨ ਕਰਤੀਆਂ ਤੇ ਇਹ ਕਰਤੀਆਂ ਮੈਂ ਬੜਾ ਸਖਤ ਖਿਲਾਫ ਹੈ ਨਾ ਦੇ ਕਿਉਂਕਿ ਜਿਹੜਾ ਇੱਕ ਰਿਸਪਾਂਸਿਬਲ ਗਨ ਓਨਰ ਹੈ ਜੀ ਉਹ ਆਪਣੇ ਹਥਿਆਰ ਨਾਲ ਕਦੇ ਵੀ ਕ੍ਰਾਈਮ ਨਹੀਂ ਕਰੂਗਾ ਆਪਣਾ ਇੰਨਾ ਟੀਟੀਐਸ ਪ੍ਰੋਸੈਸ ਹੈਗਾ ਕੈਨੇਡਾ ਦੇ ਵਿੱਚੋਂ ਗਨ ਲਾਇਸੈਂਸ ਲੈਣ ਦਾ ਕਿ ਜਦ ਤੁਸੀਂ ਗਨ ਲਾਇਸੈਂਸ ਲੈਣ ਜਾਂਦੇ ਹੋ ਨਾ ਤਾਂ ਤੁਹਾਨੂੰ ਥੋਡੀ ਜਿਹੜੀ ਵੈਟਿੰਗ ਹੈ ਉਹਦਾ ਲੈਵਲ ਕੀ ਹੈ ਰਾਈਟ ਤੁਸੀਂ ਤੁਹਾਡੀ ਕੋਈ 걸ਫਰੈਂਡ ਸੀ ਹਾਂਜੀ ਉਹ 걸ਫਰੈਂਡ ਨਾਲ ਤੁਸੀਂ ਮਗਰਲੇ 2 ਸਾਲ ਤੋਂ ਰਿਲੇਸ਼ਨਸ਼ਿਪ 'ਚ ਸੀ ਹਾਂ ਹਾਂ ਜਿੰਨਾ ਚਿਰ ਉਹ ਪਰਮਿਸ਼ਨ ਨਹੀਂ ਦੇਊਗੀ ਤੁਹਾਨੂੰ ਗਨ ਚਾਹੇ ਰਜਿਸਟ੍ਰੇਸ਼ਨ ਰਿਲੇਸ਼ਨਸ਼ਿਪ ਨਹੀਂ ਹੈਗਾ ਤਾਂ ਵੀ ਤੁਹਾਨੂੰ ਗਨ ਲਾਇਸੈਂਸ ਨਹੀਂ ਬਿਲੂ ਤੁਸੀਂ ਮੈਰਿਡ ਹੋ ਹਾਂਜੀ ਤੁਹਾਡੇ ਸਪਾਊਸ ਦੇ ਕੰਸੈਂਟ ਤੋਂ ਬਿਨਾ ਤੁਹਾਨੂੰ ਗਨ ਲਾਇਸੈਂਸ ਨੇ ਮਿਲੂਗਾ ਦੋ ਗੈਰੰਟਰ ਤੁਹਾਨੂੰ ਚਾਹੀਦੇ ਨੇ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਹੋਊਗੀ ਜੇ ਤੁਹਾਡਾ ਬਿਹੇਵੀਅਰ ਚੇਂਜ ਹੁੰਦਾ ਤਾਂ ਉਹ ਨਾਲ ਦੀ ਨਾਲ ਚੀਫ ਫਾਰਮਜ਼ ਆਫੀਸਰ ਨੂੰ ਰਿਪੋਰਟ ਕਰਨ ਸੋ ਤੁਸੀਂ ਸੋਚੋ ਜਿਹੜਾ ਇੰਨੀ ਵੈਟਿੰਗ ਪ੍ਰੋਸੈਸ ਦੇ ਵਿੱਚੋਂ ਦੀ ਲੰਘ ਕੇ ਬੰਦਾ ਗਨ ਓਨਰ ਬਣ ਰਿਹਾ ਹੈ ਉਹ ਕਿਉਂ ਕ੍ਰਾਈਮ ਕਰੂਗਾ ਜੀ ਵੈਰੀ ਰੇਅਰਸਟ ਆਫ ਰੇਅਰ ਇੰਸਟੈਂਸਸ ਹੋਣਗੀਆਂ ਜਿੱਥੇ ਕਿ ਇੱਕ ਰਿਸਪੌਂਸਿਬਲ ਗਨ ਓਨਰ ਨੇ ਕੋਈ ਕ੍ਰਾਈਮ ਕਰਿਆ ਹੋਵੇ ਆਦਰਵਾਇਜ਼ ਜਿੰਨਾ ਕ੍ਰਾਈਮ ਹੋ ਰਿਹਾ ਹੈ ਉਹ ਸਾਰੀਆਂ ਅਕ੍ਰੋਸ ਦਾ ਬਾਰਡਰ ਲਿਆਂਦੀਆਂ ਇਲੀਗਲ ਗਨਸ ਦੇ ਨਾਲ ਹੋਰ ਹੈ ਸੋ ਜਿਨ੍ਹਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਹੈ ਕੋਈ ਇਲੀਗਲ ਸਮੱਗਲ ਕਰਕੇ ਹੁਣ ਸਰਕਾਰ ਸ਼ਾਇਦ ਇਹੀ ਮੈਸੇਜ ਦੇਣਾ ਚਾਹੁੰਦੀ ਹੈ ਕਿ ਉਹ ਜਿਹੜੀ ਜਿਹੜੀਆਂ ਹੈਂਡ ਗਨਸ ਇਲੀਗਲੀ ਕੈਨੇਡਾ ਚ ਨੂੰ ਆ ਰਹੀਆਂ ਨੇ ਉਹਨਾਂ ਨੂੰ ਬੜਨ ਦੇ ਨਾ ਦਿੱਤਾ ਜਾਵੇ ਰਾਈਟ ਸੋ ਦੋਸਤੋ ਪ੍ਰੋਗਰਾਮ ਹਰਜਿੰਦਰ ਕੇਲ ਸ਼ੋ 1350 AM ਤੇ ਮੈਂ ਟੂ ਫਰਡੇ ਦੁਪਹਿਰ 2 ਤੋਂ 5 ਵਜੇ ਤੱਕ ਅਸੀਂ ਹਾਜ਼ਰ ਹੋਈਦਾ ਤੇ ਸਾਡਾ ਇੱਕ ਖਾਸ ਸੈਗਮੈਂਟ ਵੈਲਕਮ ਟੂ ਕੈਨੇਡਾ ਗੁਰਪ੍ਰੀਤ ਖੈਰਾ ਹੋਣਾਂ ਦੇ ਨਾਲ CWC ਇਮੀਗ੍ਰੇਸ਼ਨ ਤੋਂ ਤੁਸੀਂ ਕੋਈ ਗੱਲ ਕਰਨੀ ਹੋਵੇ ਇਹਨਾਂ ਦੇ ਨਾਲ ਇਹਨਾਂ ਦੇ ਆਫਿਸ ਦੇ ਵਿੱਚ ਤਾਂ 905 670 444 ਇਸ ਨੰਬਰ ਦੇ ਉੱਪਰ ਕਾਲ ਕਰ ਸਕਦੇ ਹੋ ਅੱਜ ਦਾ ਜਿਹੜਾ ਵਿਸ਼ਾ ਸੀ ਛੜਿਆ ਕਿ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 4 ਜੁਲਾਈ ਨੂੰ ਇੱਕ ਨਵੀਂ ਅਮੈਂਡਮੈਂਟ ਹੋਈ ਹੈ ਉਹਨੂੰ ਅਸੀਂ ਰੀਕੈਪ ਕਰ ਦਈਏ ਇੱਕ ਵਾਰੀ ਇਸ ਤੋਂ ਪਹਿਲਾਂ ਕਿ ਅਗਲੇ ਪੁਆਇੰਟ ਦੇ ਉੱਪਰ ਚਲੀਏ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਜੀ ਮੀਡੀਆ ਗਰੁੱਪ